ਪੰਜਾਬ ਚ ਜਿੱਥੇ ਸਰਕਾਰੀ ਨੌਕਰੀਆਂ ਦੇ ਵਿੱਚ ਦੂਜੇ ਸੂਬਿਆਂ ਦੇ ਲੋਕ ਆ ਕੇ ਭਰਤੀ ਹੋ ਰਹੇ ਨੇ ਚਾਹੇ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਚਾਹੇ ਬੀਲੀਵ ਬੋਰਡ ਹੋਵੇ ਚਾਹੇ ਲੋਕਲ ਬਾਡੀ ਹੋਵੇ ਚਾਹੇ ਮੱਛੀ ਪਾਲਣ ਵਿਭਾਗ ਹੋਵੇ ਚਾਹੇ ਐਗਰੀਕਲਚਰ ਡਿਪਾਰਟਮੈਂਟ ਹੋਵੇ ਜਿੱਥੇ ਦੂਜੇ ਸੂਬਿਆਂ ਦੇ ਲੋਕ ਪੰਜਾਬ ਚ ਆ ਕੇ ਭਰਤੀ ਹੋ ਰਹੇ ਨੇ ਲਗਾਤਾਰ ਹੁਣ ਫਰਜੀ ਦਸਤਾਵੇਜ਼ ਦੇ ਆਧਾਰ ਤੇ ਪੰਜਾਬ ਦੇ ਮੈਡੀਕਲ ਕਾਲਜਾਂ ਦੇ ਵਿੱਚ ਵੀ ਰਾਜਸਥਾਨ ਜਾਂ ਹਰਿਆਣਾ ਜਾਂ ਯੂਪੀ ਬਿਹਾਰ ਦੇ ਲੋਕ ਫਰਜੀ ਦਸਤਾਵੇਜ਼ ਬਣਾ ਕੇ ਪੰਜਾਬ ਦੇ ਮੁੰਡਿਆਂ ਕੁੜੀਆਂ ਦਾ ਹੱਕ ਮਾਰੇ ਨੇ ਸੀਟਾਂ ਤੇ ਕਬਜ਼ਾ ਕਰੇ ਨੇ ਹੁਣ 100 ਤੋਂ ਜ਼ਿਆਦਾ ਅਜਿਹੇ ਲੋਕ ਸ਼ੱਕੀ ਪਾਏ ਗਏ ਨੇ ਜਿਨ੍ਹਾਂ ਨੇ ਫਰਜੀ ਯਾਲੀ ਦਸਤਾਵੇਜ਼ ਬਣਾਏ ਨੇ ਤੇ ਪੰਜਾਬ ਦੇ ਮੁੰਡੇ ਕੁੜੀਆਂ ਦਾ ਮੈਡੀਕਲ ਸੀਟਾਂ ਤੇ ਹੱਕ ਮਾਰ ਲਿਆ ਮੈਡੀਕਲ ਸੀਟਾਂ ਮਤਲਬ ਐਮਬੀਬੀਐਸ ਬੀਡੀਐਸ ਐਮ ਕੋਰਸਾਂ ਤੇ ਡਾਕਾ ਵੱਜ ਚੁੱਕਾ ਤੇ ਹੁਣ ਇਸ ਮਸਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਕੋਲ ਕ੍ਰੀਬ 100 ਤੋਂ ਵੱਧ ਸ਼ੱਕੀ ਵਿਦਿਆਰਥੀਆਂ ਦੀ ਸੂਚੀ ਪੁੱਜੀ ਹੈ ਜਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਮੈਡੀਕਲ ਕਾਲਜਾਂ ਵਾਸਤੇ ਦਾਖਲਾ ਲੈਣ ਲਈ ਫਰਜੀ ਦਸਤਾਵੇਜ਼ ਰਾਜਸਥਾਨ ਹਰਿਆਣਾ ਯੂਪੀ ਬਿਹਾਰ ਦੇ ਲੋਕਾਂ ਵੱਲੋਂ ਦਿੱਲੀ ਦੇ ਲੋਕਾਂ ਵੱਲੋਂ ਬਣਾ ਕੇ ਪੰਜਾਬ ਦੇ ਮੁੰਡੇ ਕੁੜੀਆਂ ਦਾ ਹੱਕ ਮਾਰੇ ਜਾ ਰਹੇ ਨੇ ਹੱਕ ਖੋਏ ਜਾ ਰਹੇ ਨੇ ਪੂਰਾ ਮਸਲਾ ਕੀ ਅਸਲ ਦੇ ਵਿੱਚ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਮੌਜੂਦਾ ਸਮੇਂ ਚ ਜਿਹੜੀ MBBS ਦੇ ਕੋਰਸਾਂ ਦੀ ਦਾਖਲਾ ਸੂਚੀ ਸੀ ਉਹਦੇ ਚ ਕੁਝ ਸ਼ੱਕੀ ਉਮੀਦਵਾਰਾਂ ਦੀ ਸੂਚੀ ਸਾਹਮਣੇ ਆਉਣ ਕਰਨ ਇੱਕ ਵਿਵਾਦ ਖੜਾ ਹੋ ਚੁੱਕਾ ਹੈ ਕਿ ਆਖਰ ਪੰਜਾਬ ਦੇ ਮੁੰਡੇ ਕੁੜੀਆਂ ਦੇ ਨਾਲ ਧੱਕਾ ਕਿਵੇਂ ਪਹਿਲਾਂ ਸਰਕਾਰੀ ਨੌਕਰੀਆਂ ਦੇ ਵਿੱਚ ਧੱਕਾ ਤੇ ਹੁਣ ਕੋਰਸਾਂ ਦੇ ਵਿੱਚ ਵੀ ਧੱਕਾ ਜੋ ਪੰਜਾਬ ਦੇ ਲਗਾਤਾਰ ਮੁੰਡਿਆਂ ਕੁੜੀਆਂ ਵਾਸਤੇ ਇਹ ਬੇਇਨਸਾਫੀ ਹੋ ਰਹੀ ਹੈ ਜਿਸ ਦੇ ਚੱਲਦੇ ਪਤਾ ਲੱਗਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਦਾਖਲੇ ਵਾਸਤੇ ਬਾਰਲੇ ਰਾਜਾਂ ਦੇ ਡੋਮੋਸਾਈਲ ਰਾਜ ਦੇ ਪੱਕੇ ਵਸਨੀਕ ਹੋਣ ਦੇ ਸਰਟੀਫਿਕੇਟ ਵਰਤੇ ਆ ਗਏ ਨੇ ਤੇ ਸਰਟੀਫਿਕੇਟ ਵਰਤ ਕੇ ਸੀਟਾਂ ਹਾਸਲ ਕਰੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਅਜਿਹੇ 100 ਤੋਂ ਵੱਧ ਸ਼ੱਕੀ ਵਿਦਿਆਰਥੀਆਂ ਦੀ ਸੂਚੀ ਉਹਨਾਂ ਨੂੰ ਮਿਲੀ ਹੈਗੀ ਹੈ ਇਹਨਾਂ ਉਮੀਦਵਾਰਾਂ ਤੇ ਬਾਹਲੇ ਰਾਜਾਂ ਦੇ ਡੋਮੋਸਾਈਲ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਵਾਸਤੇ ਆਪਣੇ ਦਾਵਾ ਪੇਸ਼ ਕਰਦੇ ਦੋਸ਼ ਨੇ ਉਦਾਹਰਨ ਦੇ ਤੌਰ ਤੇ ਜਦੋਂ NEET 2023 ਦੀ ਪ੍ਰੀਖਿਆ ਹੋਈ ਸੀ ਇੱਕ ਉਮੀਦਵਾਰ ਆ ਸੁਵਾਨ ਉਹਦਾ ਅਸੀਂ ਕਾਲਪਨਿਕ ਨਾਮ ਲੈ ਰਹੇ ਨੇ ਸੁਵਾਨ ਦਾ ਜਿਹੜਾ ਨਾਮ ਆ ਉਹ ਪੰਜਾਬ ਦੀ ਮੈਰਿਟ ਸੂਚੀ ਵਿੱਚ 203ਵੀਆਂ ਨੰਬਰ ਸੀ ਤੇ ਹਰਿਆਣੇ ਦੇ ਵਿੱਚ 626 ਨੰਬਰ ਸੀ ਦੋਨਾਂ ਰਾਜਾਂ ਦੀ ਮੈਰਿਟ ਸੂਚੀ ਵਿੱਚ ਇਸ ਉਮੀਦਵਾਰ ਦਾ ਨਾਮ ਹੋਣ ਕਰਕੇ ਇਹ ਆਪਣਾ ਦਾਖਲਾ ਲੈਣ ਦਾ ਜਿਹੜਾ ਦਾਵਾ ਪੇਸ਼ ਕਰ ਰਿਹਾ ਸੀ ਕਿਉਂਕਿ ਇਸ ਕੋਲ ਦੋ ਰਾਜਾਂ ਦੇ ਡੋਮੋਸਾਈਲ ਸਨ ਮੁਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਡੋਮੋਸਾਈਲ ਹੁੰਦਾ ਇੱਕ ਸਟੇਟ ਦਾ ਇੱਕ ਬਣ ਸਕਦਾ ਦੋ ਸੂਬਿਆਂ ਦਾ ਕਿਵੇਂ ਬਣ ਸਕਦਾ ਕਿ ਉਹਦੇ ਕੋਲ ਹਰਿਆਣੇ ਦਾ ਵੀ ਡੋਮੋਸਾਈਲ ਸੀ ਤੇ ਪੰਜਾਬ ਦਾ ਵੀ ਜਿਸ ਤੋਂ ਮਤਲਬ ਧੋਖਾ ਤੜਿਆ ਇਦਾਂ ਦੇ ਖਿਲਾਫ ਕਾਰਵਾਈ ਬਣਦੀ ਸੀ ਜੇ ਪੰਜਾਬ ਚ ਡੋਮੋਸਾਈਲ ਬਣਿਆ ਤੇ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਫਾਈਲ ਟੰਗ ਦੇਣਾ ਚਾਹੀਦਾ ਸੀ ਤੇ ਜੇ ਵਾਕਿ ਉਹ ਹਰਿਆਣੇ ਦੇ ਵਿੱਚ ਬਣਿਆਗਾ ਚੈੱਕ ਕਰਨਾ ਚਾਹੀਦਾ ਕਿ ਬੱਚਾ ਹਰਿਆਣੇ ਦਾ ਵਾਸੀ ਹੈ ਮੂਲ ਰੂਪ ਜਾਂ ਪੰਜਾਬ ਦਾ ਤੇ ਜਿਨ੍ਹਾਂ ਨੇ ਵੀ ਫਰਜੀ ਦਸਤਾਵੇਜ਼ ਡਾਕੂਮੈਂਟ ਬਣਾ ਕੇ ਉਨਾ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਸੀ ਔਰ ਜਦੋਂ ਇਸ ਨੇ ਦੋ ਰਾਜਾਂ ਦਾ ਡੋਮੋਸਾਈਲ ਪੇਸ਼ ਕੀਤਾਗਾ ਤੇ ਖਲਾਸਾ ਹੋਇਆ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋਇਆ ਤੇ ਸਿਲਸਿਲਾ ਇੱਥੋਂ ਤੱਕ ਪਹੁੰਚ ਚੁੱਕਾ ਹੈ ਕਿ ਹੁਣ 100 ਤੋਂ ਵੱਧ ਅਜਿਹੇ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਡਬਲ ਦੂਰੇ ਡੋਮੋਸਾਈਲ ਸਰਟੀਫਿਕੇਟ ਬਣਾਏ ਨੇ ਫਰਜੀ ਬਣਾਏ ਨੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਸੀ ਕਿ ਜਿਨ੍ਹਾਂ ਉਮੀਦਵਾਰਾਂ ਨੇ NEET UG ਅੰਡਰਗ੍ਰੈਜੂਏਟ ਦੀ ਦਾਖਲਾ ਪ੍ਰੀਖਿਆ ਦੀ ਆਪਸ਼ਨ ਵਿੱਚ ਪੰਜਾਬ ਭਰਿਆ ਉਹੀ ਉਮੀਦਵਾਰ ਸੂਬੇ ਦੇ 11 ਮੈਡੀਕਲ ਅਤੇ 16 ਡੈਂਟਲ ਕਾਲਜਾਂ ਵਿੱਚ MBBS ਦੀਆਂ 1550 ਅਤੇ BDS ਦੀਆਂ 1325 ਸੀਟਾਂ ਵਿੱਚ ਦਾਖਲੇ ਲਈ ਦਾਅਵੇਦਾਰ ਹੋਣਗੇ ਹੁਣ ਜਾਣਕਾਰੀ ਜੋ ਮਿਲੀ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇੱਕ ਤੋਂ ਵੱਧ ਰਾਜਾਂ ਦੇ ਜਾਲੀ ਡਿਮੋਸਾਈਲ ਰਾਹੀਂ MBBS ਅਤੇ BDS ਦੀਆਂ ਰਾਖਵੀਆਂ ਸੀਟਾਂ ਲਈ ਦਾਅਵੇਦਾਰੀ ਪੇਸ਼ ਕਰਨ ਤੇ ਛਾਂਗ ਦਿੱਤਾ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਇਹ ਮਸਲਾ ਸਾਹਮਣੇ ਆਇਆ ਕਿ ਫੇਰ ਇਹ سلسلہ ਉਸੇ ਤਰ੍ਹਾਂ ਹੀ ਜਾਰੀ ਹੈ ਕਿ ਫਰਜੀ ਦਸਤਾਵੇਜ਼ ਡੋਮੋਸਾਈਲ ਸਰਟੀਫਿਕੇਟ ਬਣਾ ਕੇ ਬੰਦੇ ਦੂਜੇ ਸੂਬਿਆਂ ਦੇ ਨੇ ਕੋਈ ਦਿੱਲੀ ਦਾ ਕੋਈ ਬਿਹਾਰ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਲੇਕਿਨ ਪੰਜਾਬ ਚ ਆ ਕੇ ਉਹ ਪੰਜਾਬ ਦੇ ਮੁੰਡੇ ਕੁੜੀਆਂ ਦਾ ਹੱਕ ਖੋ ਰਹੇ ਨੇ ਜਿਨ੍ਹਾਂ ਨੇ ਸੁਪਨਾ ਲਿਆ ਜੋ ਐਮਬੀਬੀਐਸ ਬਣਨਾ ਚਾਹੁੰਦੇ ਨੇ ਜਿਨ੍ਹਾਂ ਨੇ ਸੁਪਨਾ ਲਿਆ ਕਿ ਜੇ ਐਮਬੀਬੀਐਸ ਨਹੀਂ ਘੱਟੋ-ਘੱਟ ਤੇ ਉਹ ਘੱਟੋ-ਘੱਟ ਬੀਡੀਐਸ ਦੰਦਾਂ ਦਾ ਡਾਕਟਰ ਤੇ ਬਣ ਹੀ ਸਕਦਾ ਲੇਕਿਨ ਇਨ੍ਹਾਂ ਸੀਟਾਂ ਤੇ ਵੀ ਦੂਜੇ ਸੂਬਿਆਂ ਦੇ ਬੱਚੇ ਫਰਜੀ ਦਸਤਾਵੇਜ਼ ਬਣਾ ਕੇ ਪੰਜਾਬ ਦੇ ਮੁੰਡੇ ਕੁੜੀਆਂ ਦਾ ਹੱਕ ਖੋ ਰਹੇ ਨੇ ਹੱਕ ਮਾਰ ਰਹੇ ਨੇ ਤੇ ਉਹਦੇ ਚ ਪੰਜਾਬ ਦੇ ਉਹ ਅਫਸਰਾਂ ਦੇ ਵੀ ਮਿਲੀ ਭੁਗਤਾਂ ਜਿਨ੍ਹਾਂ ਨੇ ਚੈੱਕ ਨਹੀਂ ਕੀਤਾਗਾ ਕਿ ਇੱਕ ਬੱਚਾ ਦੂਜੇ ਸੂਬੇ ਚ ਆ ਕੇ ਕਿਵੇਂ ਡੋਮੋਸਾਈਲ ਬਣਾ ਸਕਦਾਗਾ ਔਰ ਇਸ ਮਸਲੇ ਦੇ ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦੋਰੇ ਡੋਮੋਸਾਈਲ ਵਾਲੇ ਉਮੀਦਵਾਰਾਂ ਖਿਲਾਫ ਸ਼ਿਕਾਇਤਾਂ ਮਿਲੀਆਂ ਨੇ ਤੇ ਅਸੀਂ ਅਜਿਹੇ ਉਮੀਦਵਾਰਾਂ ਦਾ ਪਤਾ ਲਾਉਣੇ ਪੰਜਾਬ ਦੀ ਮੈਰਿਟ ਸੂਚੀ ਦੀ ਕੋਖ ਕਰ ਰਹੇ ਹਾਂ ਤੇ ਅਜਿਹੇ ਉਮੀਦਵਾਰਾਂ ਦਾ ਨੀਟ ਰੈਂਕ ਵੀ ਆਧਾਰ ਕਾਰਡ ਨਾਲ ਲਿੰਕ ਕਰਕੇ ਦੇਖਿਆ ਜਾਏਗਾ ਕਿ ਜੇ ਆਧਾਰ ਕਾਰਡ ਸੇਮ ਹੋਇਆ ਤਦ ਵੀ ਫਸ ਜਾਣਗੇ ਇੱਕ ਬੱਚੇ ਦੇ ਦੋ ਡੋਮੋਸਾਈਲ ਹੋ ਸਕਦੇ ਤਦ ਵੀ ਬੱਚੇ ਫਸ ਜਾਣਗੇ ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਨੁਸਾਰ 47 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੇ ਨਾਮ ਪੰਜਾਬ ਤੇ ਹਰਿਆਣਾ ਦੀ ਮੈਰਿਜ ਸੂਚੀ ਵਿੱਚ ਸ਼ਾਮਲ ਹਨ ਉਹਨਾਂ ਕੋਲ ਦੋ ਦੋ ਦੋਰੇ ਡੋਮੋਸਾਈਲ ਸਰਟੀਫਿਕੇਟ ਨੇ ਇਹ ਆਪਣੇ ਆਪ ਚੀ ਧੋਖਾਧੜੀ ਫਰਜੀਵਾੜਾ ਚੀਟਿੰਗ ਹੈ ਜਿन्हे ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਔਰ ਇਹਨਾਂ ਨੇ ਐਮਬੀਬੀਐਸ ਦੀਆਂ ਰਾਖਵੀਂ ਸੀਟਾਂ ਤੇ ਦਾਖਲਾ ਲੈਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਨੇ ਅਜਿਹੇ 16 ਹੋਰ ਉਮੀਦਵਾਰ ਨੇ ਜਿਨ੍ਹਾਂ ਦੇ ਡੋਮੋਸਾਈਲ ਪੰਜਾਬ ਚ ਵੀ ਹੈ ਤੇ ਰਾਜਸਥਾਨ ਦੇ ਵਿੱਚ ਇੱਕ ਹੋਰ ਫਰਜ਼ੇਵੜੀ ਫਰਜ਼ੇਵੜੀ ਹੈ ਧੋਖਾਧਾਰੀ ਹੈ ਇਸ ਮਸਲੇ ਚ ਇਹਨਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਉਹ ਨਾਲ ਦੀ ਨਾਲ ਜਿੱਥੇ ਹਰਿਆਣੇ ਦੇ ਬੱਚਿਆਂ ਨੇ ਪੰਜਾਬ ਚ ਡੋਮੋਸਾਈਲ ਬਣਾਏ ਨੇ ਰਾਜਸਥਾਨ ਦੇ ਬੱਚਿਆਂ ਨੇ ਔਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਰਾਜਸਥਾਨ ਦੀ ਮੈਰਿਟ ਸੂਚੀ ਚ ਵੀ ਨਾਮ ਬੋਲਦੇ ਹੈਗੇ ਨੇ ਤੇ ਉੱਤਰ ਪ੍ਰਦੇਸ਼ ਤੋਂ ਵੀ 41 ਅਜਿਹੇ ਨਾਮ ਆਏ ਨੇ ਜਿਨ੍ਹਾਂ ਦੇ ਉੱਤਰ ਪ੍ਰਦੇਸ਼ ਤੇ ਪੰਜਾਬ ਦੀ ਸੂਚੀ 'ਚ ਵੀ ਸ਼ਾਮਲ ਨੇ ਨਾਮ ਤੇ ਇਹ ਵੀ ਮਿਲੀ ਆ ਕਿ ਦੋਰੇ ਡੋਮਿਸਾਈਲ ਇਹਨਾਂ ਉਮੀਦਵਾਰਾਂ ਵਾਸਤੇ ਦੋਨਾਂ ਰਾਜਾਂ ਦੇ ਸਰਕਾਰੀ ਕਾਲਜਾਂ ਤੇ ਪ੍ਰਾਈਵਟ ਵਿੱਚ 85 ਫੀਸਦੀ ਸੀਟਾਂ ਤੇ ਦਾਖਲਣ ਲਈ ਰਾਹ ਪੱਧਰਾ ਕਰਦੇ ਨੇ ਇਹ ਕਾਨੂੰਨ ਆ ਕਿ ਜਿਹੜਾ ਬੱਚਾ ਜਿਹਦਾ ਡੋਮੋਸਾਈਲ ਪੰਜਾਬ 'ਚ ਹੋਊਗਾ ਉਹ 85 ਸੀਟਾਂ ਦੇ ਕੋਟੇ 'ਚ ਗਿਣਿਆ ਜਾਊਗਾ ਤੇ ਬਾਹਰਲੇ ਸੂਬਿਆਂ ਦੇ 15 ਫੀਸਦੀ ਕੋਟੇ 'ਚ 카ਉਂਟ ਹੋਣਗੇ ਜੇ ਕੋਈ ਹਰਿਆਣੇ ਦੇ ਵਿੱਚ ਬੱਚਾ ਵਾ ਉੱਥੇ ਸੀਟਾਂ ਕਾਲਜ ਦੇ ਵਿੱਚ ਆ ਤੇ ਹਰਿਆਣੇ ਦੇ ਬੱਚਿਆਂ ਨੂੰ 85% ਦੀ ਸੀਟਾਂ ਮਿਲੀਆਂ ਤੇ ਬਾਕੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਜਿਹੜੇ ਬੱਚੇ ਉਹਨਾਂ ਨੂੰ 15% ਲੇਕਿਨ ਪੰਜਾਬ ਦੇ ਵਿੱਚ ਅਜਿਹਾ ਤੱਕਾ ਹੋ ਰਿਹਾ ਕਿ ਬਹੁਤ ਸਾਰੇ 100 ਤੋਂ ਵੱਧ ਦਾ Rajasthan ਤੋਂ Haryana ਤੋਂ UP ਤੋਂ ਜਿਨ੍ਹਾਂ ਨੇ 47 ਜਿਹੜੇ ਨੇ Haryana ਤੋਂ ਨੇ 16 Rajasthan ਤੋਂ ਨੇ ਤੇ 41 Uttar Pradesh ਤੋਂ ਬੱਚੇ ਨੇ ਜਿਨ੍ਹਾਂ ਦਾ Uttar Pradesh ਦੀ ਮੈਰਿਜ ਸੂਚੀ 'ਚ ਵੀ Rajasthan ਦੀ ਸੂਚੀ 'ਚ ਵੀ Haryana ਦੀ ਸੂਚੀ 'ਚ ਵੀ ਨਾਮ ਬੋਲਦਾ ਤੇ ਪੰਜਾਬ ਦੀ ਸੂਚੀ ਚ ਵੀ ਨਾਮ ਬੋਲਦਾ ਹੈਗਾ ਇਸ ਕਰਕੇ ਵੱਡਾ ਹੀਰਾ ਫੇਰੀ ਵੱਡੀ ਠੱਗੀ ਵੱਡੀ ਧੋਖਾ ਧੜੀ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਕਦੋਂ ਤੱਕ ਇਹ ਜਾਂਚ ਸੌਂਪ ਦਿੰਦੀ ਹੈ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ ਔਰ ਖਾਸ ਕਰਕੇ ਪਤਾ ਲਗਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਆਪਣੇ ਬਲਬੂਤੇ ਵੀ ਕਿ ਕਿਹੜੇ-ਕਿਹੜੇ ਜ਼ਿਲ੍ਹੇ ਚੋਂ ਡੋਮੋਸਾਈਲ ਸਰਟੀਫਿਕੇਟ ਬਣੇ ਨੇ ਤੇ ਜਿਸ ਜ਼ਿਲ੍ਹੇ ਚੋਂ ਡੋਮੋਸਾਈਲ ਸਰਟੀਫਿਕੇਟ ਬਣਿਆ ਹੋਊਗਾ ਉਥੋਂ ਦੇ ਪਿੰਡਾਂ ਦੇ ਪੰਚ ਸਰਪੰਚ ਕਾਉਂਸਲਰ ਤਹਿਸੀਲਦਾਰ ਪਟਵਾਰੀ ਕਾਨੂੰਗੋ ਜਿਸ ਜਿਸ ਨੇ ਵੀ ਫਾਰਮ ਤਸਦੀਕ ਕੀਤਾ ਹੋਊਗਾ ਫਿਰ ਜਾ ਕੇ ਡੋਮੋਸਾਈਲ ਸਰਟੀਫਿਕੇਟ ਬਣਿਆ ਹੋਊਗਾ ਉਹਨਾਂ ਅਫਸਰਾਂ ਖਿਲਾਫ ਉਹਨਾਂ ਪੰਚਾਂ ਸਰਪੰਚਾਂ ਖਿਲਾਫ ਉਹਨਾਂ ਕੌਂਸਲਰਾਂ ਖਿਲਾਫ ਵੀ ਸਖਤ ਕਾਰਵਾਈ ਹੈ ਕਿ ਬੱਚਾ ਜੇ ਹਰਿਆਣੇ ਦਾ ਜਾਂ ਬੱਚਾ ਉੱਤਰ ਪ੍ਰਦੇਸ਼ ਦਾ ਜਾਂ ਬੱਚਾ ਰਾਜਸਥਾਨ ਦਾ ਉਹਦਾ ਪੰਜਾਬ ਚ ਕਿਵੇਂ ਡੋਮੋਸਾਈਲ ਸਰਟੀਫਿਕੇਟ ਬਣ ਗਿਆ ਤੇ ਕਿਵੇਂ ਪੰਜਾਬ ਦੇ ਲੋਕਾਂ ਦਾ ਨੌਕਰੀਆਂ ਦੇ ਵਿੱਚ ਵੀ ਹੱਕ ਖੋਇਆ ਜਾ ਰਿਹਾ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਨੌਕਰੀਆਂ ਤੇ ਵੀ ਤੇ ਜਿਹੜੀਆਂ ਐਮਬੀਬੀਐਸ ਦੀਆਂ ਸੀਟਾਂ ਨੇ ਜਾਂ ਬੀਡੀਐਸ ਦੀਆਂ ਸੀਟਾਂ ਉੱਤੇ ਵੀ ਪੰਜਾਬੀਆਂ ਮੁੰਡੇ ਕੁੜੀਆਂ ਦੇ ਨਾਲ ਧੱਕਾ ਹੋ ਰਿਹਾ ਧੋਖਾ ਹੋ ਰਿਹਾ ਠੱਗੀ ਵਜ ਰਹੀ ਹੈ ਦੇ ਦੇ ਆ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿੰਨੀ ਸ਼ਕਤੀ ਦੇ ਨਾਲ ਔਰ ਜਿਹੜੇ ਮੈਡੀਕਲ ਜਾਂ ਪੰਜਾਬ ਦੇ ਹੈਲਥ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਉਹ ਕਿੰਨੀ ਛੇਤੀ ਤੇ ਯੂਨੀਵਰਸਿਟੀ ਕੋ ਕਿ ਆਪਣੇ ਆਪ ਚ ਇੱਕ ਆਟੋਨਮਸ ਬਾਡੀ ਆ ਉਹ ਕਿੰਨੀ ਜਲਦੀ ਇਹਨਾਂ ਕੇਸਾਂ ਦਾ ਨਪਟਾਰਾ ਕਰਕੇ ਜਿਹੜੇ ਬੱਚਿਆਂ ਨੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਹੇਰਾਫੇਰੀ ਕੀਤੀ ਹੈ, ਧੋਖਾਧੜੀ ਕੀਤੀ ਹੈ, ਉਹਨਾਂ ਖਿਲਾਫ ਕਿੰਨੀ ਜਲਦ ਤੋਂ ਜਲਦ ਕਾਰਵਾਈ ਕਰਦੇ ਨੇ ਤੇ ਪੰਜਾਬ ਦੇ ਬੱਚਿਆਂ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਉਂਕਿ ਪੰਜਾਬ ਆ ਮੈਰਿਟ ਦੇ ਆਧਾਰ ਤੇ ਕਿਸੇ ਨੂੰ ਵੀ ਸੀਟ ਮਿਲ ਜੇ ਤੇ ਕੋਈ ਗੁਨਾਹ ਨਹੀਂ ਹੈ। ਲੇਕਿਨ ਅਗਰ ਕੋਈ ਗਲਤ ਦਸਤਾਵੇਜ਼, ਫਰਜੀ ਦਸਤਾਵੇਜ਼ ਬਣਾ ਕੇ ਪੰਜਾਬ ਦੇ ਬੱਚਿਆਂ ਦਾ ਹੱਕ ਮਾਰਨਾ ਚਾਹੁੰਦੇ ਨੇ, ਤੇ ਉਸ ਤੋਂ ਵੱਡਾ ਕੋਈ ਯੁਰਮ ਨਹੀਂ ਹੈ। ਫਿਲਹਾਲ ਇਸ ਜਾਣਕਾਰੀ ਦੇ ਨਾਲ ਹੀ ਤੁਹਾਡੇ ਤੋਂ ਲੰਦੇ ਆ ਗਿਆ, ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ, ਧੰਨਵਾਦ।